ਨੇ ਬੇ ਲੋਕ ਜੀ ਕਨਾਸੇ ਜੀ ਉੱਥਾ ਜਨਾਬ ਇਤਰਾਬਲਾ ਟੈਕਸੀ ਕਰਨੇ ਸਿੱਤਨੇ ਕਮਾਣੇ ਸੇ ਇੰਗਲੈਂਡ ਤੋਂ ਲੋਕ ਜਨਾਬ ਬਕਰੇ ਦੇ ਨਿਆਜ਼ਾਂ ਦੇ ਤੇ ਜਾਣੇ ਤੇ ਇਹ ਜਨਾਬ ਇੱਥਾ ਅਸੀਂ ਤਾਂ ਕਮ ਇਹਨਾਂ ਦਾ ਮੁਰਗੀਆਂ ਬਿਠਾ ਮੇਲਾਤਾ ਹੈ ਜੀ ਜੀ ਠੀਕ ਹੈ ਅਸੀਂ ਆਪਣੀ ਮਿਹਨਤ ਕਰਨੇ ਆ ਠੀਕ ਹੈ ਔਰ ਮੈਨ ਨਤੀਜੇ ਸੱਚ ਹੈ ਮਿੰਗਣਾ ਵੇਚਾਂ ਜਾਂ ਮਿੰਗਣਾ ਮੇਲਾ ਜਾਂ ਕੁੱਕੜ ਵੇਚਾ ਕੋਈ ਐਸੀ ਗੱਲ ਕੋ ਨਹੀਂ ਆਪਣੀ ਮਿਹਨਤ ਹੈ ਔਰ ਦੂਈ ਗੱਲ ਅਸਲਾਮੁਅਲੈਕਮ ਨਾਜ਼ਰੀਨ ਮੈਂ ਉਮੀਦ ਕਰਨਾ ਤੁਹ ਸਾਰੇ ਖਰੀਦ ਨਾਲ ਉਸੋ ਜੀ ਸਭ ਤੋਂ ਪਹਿਲੇ ਜੀ ਮੈਂ ਆਪਣੇ ਸਾਰਿਆਂ ਭੈਣਾਂ ਭਰਾਵਾਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਆ ਜਿਹੜੇ ਮਾੜੀ ਵੀਡੀਓ ਬਕਾਇਦ ਦੀ ਨਾਲ ਦੇਖਣੇ ਔਰ ਮੇਕੀ ਸਪੋਰਟ ਕਰਨੇ ਜੀ ਮਗਰ ਮੈਂ ਤੁਸਾਂਗੇ ਅੱਜ ਇੱਕ ਹੋਰ ਰਿਕਵੈਸਟ ਕਰਨਾ ਹੈ ਜੀ ਕਿ ਜਿਹੜਾ ਵੀਡੀਓ ਤੱਕਣੇ ਨਾਲ ਨਾਲ ਸਬਸਕ੍ਰਾਈਬ ਵੀ ਜ਼ਰੂਰ ਕਰੋ ਤਾਂ ਕਿ ਉਹਨਾਂ ਇੱਕੋ ਵੀ ਕਿ ਸਾਥ ਦਿੱਤਾ ਹੋਣਾ ਜੀ ਕਿ 10 1000 ਸਗੀ ਸਬਸਕ੍ਰਾਈਬਰ ਕਰਨਾ ਪੈਣਾ ਜਿਹੜਾ ਸਾਡਾ ਕੋਈ 700 ਵਿੱਚ ਫਸਿਆ ਵਾ ਤੁਸਾਂ ਕੋਸ਼ਿਸ਼ ਕਰੋ ਨਾਲ ਸਬਸਕ੍ਰਾਈਬ ਕਰੋ ਤੇ ਅੱਜ ਅਸਾਂ ਆਏ ਵਾ ਜੀ ਭਾਈ ਐਲਵਰਿੰਗ ਮਿਲਣ ਵਾਸਤੇ ਅੱਜ ਤੋਂ ਤਕਰੀਬਨ 1 ਸਾਲ ਪਹਿਲੇ ਆਪਣੇ ਗ੍ਰਾਮ ਚਤਰੋ ਡਡਿਆਲ ਆਜ਼ਾਦ ਕਸ਼ਮੀਰ ਵਿੱਚ ਜੈ ਤਾਂ ਇੱਕ ਨਾ ਪੋਲਟਰੀ ਫਾਰਮ ਖੋਲਿਆ ਸੀ ਤੇ 1 ਸਾਲ ਤੋਂ ਬਾਅਦ ਜਿਸ ਨਾਲ ਗੱਲਬਾਤ ਕਰਸਾਂ ਤੇ ਤੱਕ ਤਾਂ ਉਹਨੂੰ ਪੁੱਛਾਂ ਜੀ ਕਿ ਉਹਨਾਂ ਕੋਲ ਇਹ ਕਿਹਦਾ ਐਕਸਪੀਰੀਅੰਸ ਰਿਹਾ ਭਾਈ ਅਲੀ ਜੀ ਇੱਕ ਸਾਡਾ ਜਿਹੜਾ ਆਮ ਸਵਾਲ ਆ ਆ ਬੰਦੇ ਵੀ ਕਰਨ ਪਤਾ ਕਰਨੇ ਉਹ ਸਾਡੇ ਗ੍ਰਾਮ ਦਾ ਸਿਸਟਮ ਹੈ ਅੱਜ ਕੱਲ ਜੀ ਜੀ ਸੀ ਜਸਾ ਮਦਲ ਹੈ ਜਨਵਾਰ ਰਪਾਲਨੇ ਮੁਰਗੀਆਂ ਪਾਲੀਆਂ ਜਿਹੜੇ ਸਾਡੇ ਪਿਓ ਦਾਦਾ ਵੀ ਕਰਨੇ ਰੇ ਇਹ ਖਤਮ ਹੋਣਾ ਪਿਆ ਇਸ ਲਈ ਕਹਿ ਵਜਾ ਇਹ ਬੰਦੇ ਕੋਈ ਸ਼ਰਮ ਮਹਿਸੂਸ ਕਰਨੇ ਬਦਲ ਹੈ ਕਿ ਜਨਵਰਾਂ ਦੀ ਦੇਖਭਾਲ ਕਰਨੀ ਜਾਂ ਗੰਦਾ ਕੰਮ ਸਮਝਣੇ ਕਿ ਜਾਂ ਫਿਰ ਕੋਈ ਜੋ ਪੈਸਨ ਪ੍ਰੋਬਲਮ ਹੈ ਅਸਲ ਵਿੱਚ ਹੈ ਕਿ ਹੁਣ ਰੋਜ਼ਾਨ ਐਸਾ ਹੋ ਗਿਆ ਕਿ ਹਰ ਬੰਦੇ ਕੋਲ ਮਾਲ ਥਿਆ ਆ ਠੀਕ ਹੈ ਅੱਲਾ ਦਾ ਬੜਾ ਫਜ਼ਲ ਆ ਜਿਸ ਕੋਲ ਨਹੀਂ ਵੀ ਆ ਨਾ ਉਹ ਚਾਚਾ ਮਾਵਾ ਇੱਥੋਂ ਭੇਜੀ ਉਹਨੇ ਤੇ ਜਿਹੜੇ ਸਾਰੇ ਉੱਥੇ ਯੰਗਸਟਰ ਨੇ ਨਾ ਉਹ ਕੋਈ ਨਹੀਂ ਕੰਮ ਕਰਨੇ ਠੀਕ ਹੈ ਕੋਈ ਤੇ ਸ਼ਰਮ ਸਮਝਨੇ ਕੋ ਜੁ ਨਗੀ ਮਾਲ ਵੀ ਜਾਣਾ ਅਗੋ ਪਿਛੂ ਚਾਚਾ ਮਾਵਾ ਇਧਰ ਭੇਜੀ ਹੋਣਾ ਤੇ ਉੱਥੇ ਅਸਾਂ ਲੋਕ ਅਸਾਂ ਵੀ ਲੋਕ ਕਿਤਨੇ ਬੰਦਿਆਂ ਆਖਿਆ ਵੀ ਆ ਪਰ ਬੂਹਾਂ ਤਾਂ ਕੋਈ ਆਹਣਾ ਜੀ ਜੀ ਪਿਛੇ ਕੰਡੀ ਆਖਣੇ ਪੇ ਲੋਕ ਜੀ ਕਨਾਸੇ ਜੀ ਉੱਥਾ ਜਨਾਬ ਇਤਰਾਬਲਾ ਟੈਕਸੀ ਕਰਨੇ ਸੇ ਇਤਨੇ ਕਮਾਣੇ ਸੇ ਇੰਗਲੈਂਡ ਤੋਂ ਲੋਕ ਜਨਾਬ ਬਕਰੇ ਦੇਈ ਨਿਆਜ਼ਾਂ ਦੇਈ ਤੇ ਜਾਣੇ ਤੇ ਇਹ ਜਨਾਬ ਇੱਥਾ ਅਸੀਂ ਤਾਂ ਕੰਮ ਇਹਨਾਂ ਦਾ ਮੁਰਗੀਆਂ ਨੇ ਬਿਠਾ ਮੈ ਲੈਤਾ ਹੈ ਜੀ ਜੀ ਠੀਕ ਹੈ ਅਸਲ ਵਿੱਚ ਜੀ ਗੱਲ ਇਹ ਆ ਕਿ ਅਸਾਂ ਜਦੋਂ ਆਪਣਾ ਰੂਟ ਭੁੱਲੀ ਗਿਆ ਨਾ ਜੀ ਜੀ ਆਪਣਾ ਰੂਟ ਨਹੀਂ ਹੋਣਾ ਜਿਹੜਾ ਠੀਕ ਹੈ ਇੱਕ ਤੁਸੀਂ ਉਹ ਜਿਹੜੀ ਜਮੀਕੇ ਦੀ ਫਿਲਮ ਤੱਕੀ ਨਾ ਰੂਟਸ ਜੀ ਜੀ ਅਗਰ ਉਹ ਭੁੱਲੀ ਗਿਆ ਤਾਂ ਸਭ ਕੁਝ ਭੁੱਲੀ ਗਿਆ ਠੀਕ ਹੈ ਜੀ ਸਾਰਾ ਦੇਖੋ ਅਸਾਂ ਦੇ ਪਿਓ ਦਾਦਾ ਪਰਦਾਦਾ ਇਹ ਕੰਮ ਕਰਨੇ ਰਹੇ ਇੰਨਾ ਤੁਈ ਰੋਜ਼ੀ ਕਮਾਈ ਉਹਨਾਂ ਜੀ ਠੀਕ ਹੈ ਹਾਂ ਬਾਰੀਆਂ ਲੈਂਤੀਆਂ ਨੇ ਦਾੰਦ ਰੱਖੇ ਨੇ ਮੰਜੀ ਰੱਖੀਆਂ ਨੇ ਬੱਕਰੀਆਂ ਰੱਖੀਆਂ ਨੇ ਔਰ ਉਹ ਵੀ ਦਿਹਾੜੇ ਤੱਕੇ ਜੀ ਕਿ ਇੱਕ ਪਾਸੇ ਤੁਸੀਂ ਮੰਜੀ ਢਾਈ ਸੁੱਤੇ ਹੋਦ ਨਾਲ ਹੀ ਜਣਾ ਬੰਜੀ ਗਾਈਆਂ ਵੀ ਕਨਸ ਬੈਠੀਆਂ ਇੱਕ ਕਮਰੇ ਵਿੱਚ ਇੱਕ ਕਾ ਕਮਰੇ ਚ ਠੀਕ ਹੈ ਬਿਲਕੁਲ ਅੱਜ ਅਗਰ ਇਨਾ ਬੱਚੇ ਆ ਜਾਂ ਉਹਨਾਂ ਬੰਦਿਆਂ ਕੀ ਜਿਹੜੇ ਮਹਿਸੂਸ ਕਰਨੇ ਕਿ ਸਾਡੀ ਬੇਇੱਜ਼ਤੀ ਆ ਜਾਂ ਇਹ ਆ ਹੋਇਆ ਅਗਰ ਉਹ ਦਿਹਾੜਾ ਇਨਾ ਤੱਕਿਆ ਹੋਣਾ ਤੇ ਇਹ ਚੀਜ਼ ਇਨਾ ਕੀ ਉਹ ਮਹਿਸੂਸ ਨਾ ਹੋਇਆ ਸਮਝ ਗਿਓ ਉਹ ਨਹੀਂ ਨਾ ਤੱਕਿਆ ਕੋਨੀ ਸਾਰੇ ਪਿਓ ਦਾਦੇ ਦਾ ਸਭ ਕੁਝ ਤੱਕਿਆ ਸੇ ਵੀ ਤੱਕਿਆ ਵਾ ਸਭ ਕੁਝ ਹੈ ਠੀਕ ਹੈ ਤੇ ਇਸ ਵਜ੍ਹਾ ਤੂੰ ਤਰਾ ਕੇ ਕਰਨੇ ਕਤਰਾਨੇ ਤੇ ਤੋਰ ਦੋਈ ਗੱਲ ਇਹ ਹੈ ਕਿ ਤਕੋ ਜੀ ਮੇਗੀ ਦੱਸੋ ਕਿ ਅੱਜ ਕੱਲ ਮੈਜੋਰਟੀ ਚੋਂ वाला सिस्टम खत्म हो गया जे इंग्लैंड बच्चे से इत है मजारिटी खत्म हो पहले तो होना कि स्कूल पढ़ने रिश्ते हुए होने से, से लोग स्कूल छोड़ देने से आने जिस इंगलैंड इतना हूँ ये यह है कि चीज तो खत्म हो गई मैं अस बल्कि अस सारे ये चाहने कि उत बच्चे उम्मीद जरूरी नहीं कि मुर्गे तक ਤੁਸਾਂ ਡੰਗਰ ਵੀ ਰੱਖੀ ਸਕਨੇ ਹੋ ਤੁਸੀਂ ਆਪਣਾ ਹੋਰ ਕੋਈ ਕੰਮ ਕਰ ਸਕਦੇ ਹੋ ਦੁਕਾਨਾਂ ਦਾ ਕੋਈ ਕੰਮ ਕਰ ਸਕਦੇ ਹੋ ਕਿੰਨੇ ਯਾਨੀ ਕਿ ਮੈਂ ਤੱਕਿਆ ਅਗਰ ਥੋੜਾ ਜਿਹਾ ਦਿਮਾਗ ਹੋਵੇ ਬੰਦੇ ਕੋਲ ਪੈਸਾ ਇਤਨਾ ਜ਼ਰੂਰਤ ਕੋ ਨਹੀਂ ਸਮਝ ਗਏ ਹੋ ਤੁਸੀਂ ਠੀਕ ਠਾਕ ਉਹ ਤੱਕ ਕਮਾਈ ਕਰ ਸਕਦੇ ਹੋ ਜੀ ਜੀ ਠੀਕ ਹੈ ਇਹ ਅਸਲ ਵਿੱਚ ਇਕ ਦੋਈ ਗੱਲ ਹੈ ਕਿ ਸਾਲਾ ਜਿਹੜਾ ਚੋਦ ਪੂਣਾ ਹੈ ਨਾ ਜੀ ਸਭ ਤੋਂ ਬੜਾ ਮਾਰਸ ਹੈ ਕਿ ਉਹ ਪਹਿਣੀ ਮੇਰੇ ਸ਼ੱਕਾ ਜ਼ਿਆਦਾ ਮਾਰਸ ਹੈ ਇਹ ਪਹਿਣੀ ਪੀ ਕਿ ਅਸਾਂ ਆਪਣੇ ਪਾਸ਼ਾ ਮਿਲਣ ਵਾਸਤੇ ਅਸਾਂ ਬੇਇਜ਼ਤੀ ਸਮਝਨੇ ਆ ਬੇਇਜ਼ਤੀ ਸਮਝਨੇ ਆ ਜਿਸ ਤਰੀਕੇ ਨਾਲ ਲੋਕ ਕਸਾਂ ਕਿ ਆਖਣੇ ਦੇ ਜੀ ਆਖਣੇ ਵੀ ਇਹ ਤਾਖਣੇ ਵੀ ਦੇ ਸਮਝ ਗਿਓ ਤੇ ਜੇ ਅਸਾਂ ਵੀ ਹੋਏ ਜੇ ਹੋਣਾ ਚੁੱਪ ਕਰੀ ਠੱਪ ਕਰੀ ਤੇ ਮੂਲੀ ਛਾਣਾ ਬੰਦ ਕਰੀ ਉਹਨਾਂ ਦਾ ਮਗਰ ਅਸਾਂ ਕੋਈ ਨਹੀਂ ਐਸੀ ਗੱਲ ਕੋਈ ਨਹੀਂ ਅਸਾਂ ਆਪਣੀ ਮਿਹਨਤ ਕਰਨੇ ਆ ਠੀਕ ਹੈ ਔਰ ਮੈਂ ਨਤੀਜੇ ਸੇ ਚਾਹੇ ਮਿੰਗਣਾ ਵੇਚਾਂ ਜਾਂ ਮਿੰਗਣਾ ਮੇਲਾ ਜਾਂ ਕੁੱਕੜ ਵੇਚਾਂ ਕੋਈ ਐਸੀ ਗੱਲ ਕੋ ਨਹੀਂ ਹੈ ਆਪਣੀ ਮਿਹਨਤ ਹੈ ਔਰ ਦੂਈ ਗੱਲ ਹੈ ਕਿ ਅਗਰ ਸਮਝਣ ਵਾਲਾ ਬੰਦਾ ਇਹ ਸਿਆਣਾ ਹੈ ਨਾ ਕੋਈ ਦਿਮਾਗੇ ਚ ਹੈ ਨਾ ਤੇ ਇਹ ਹਜ਼ੂਰ ਪਾਕ ਦੀ ਸੁਨਨਤ ਹੈ ਸਮਝਿਓ ਅਗਰ ਸੁਨਨਤ ਹੀ ਚ ਤੁਸੀਂ ਇਹ ਗੱਲਾਂ ਕਰਨੇ ਹੋ ਤਾਂ ਫਿਰ ਤੁਸਾਂ ਬਾਕੀ ਕਹਿ ਰਹੀ ਗਿਆ ਅਸਾਂ ਹੁਣ ਬੱਕਰੀਆਂ ਵੀ ਰੱਖੀਆਂ ਵਾ ਬੱਕਰੇ ਵੀ ਮੈਂ ਕੁਰਬਾਨੀ ਦੇ ਵਿੱਚ ਇਹ ਬੱਕਰੀਆਂ ਵੀ ਹਜ਼ੂਰ ਪਾਕ ਦੀ ਸੁਨਨਤ ਹੈ ਜੀ ਬਿਲਕੁਲ ਸਮਝ ਗਏ ਜੀ ਜੀ ਤੇ ਸੁਨਤੀ ਚ ਤੁਸਾਂ ਕੀ ਬਰਕਤ ਦੀ ਬੜੀ ਹੈ ਜਿਹੜੇ ਬੰਦੇ ਸੋ ਕੀ ਕੋਈ ਬੰਦੇ ਆਣੇ ਜੀ ਇਹ ਇੰਗਲੈਂਡ ਤੋਂ ਆਏ ਹੁਣ ਇਹ ਕਾ ਕਰਨੇ ਬੈਠਾ ਹੈ ਜੀ ਤੇ ਗੁੱਸਾ ਤਾਂ ਲੱਗਣਾ ਉਸੇ ਵੇਸੇ ਨਹੀਂ ਮੈਂ ਕੋਈ ਗੁੱਸਾ ਨਹੀਂ ਲੱਗਣਾ ਕੀ ਇਹ ਮੈਂ ਮੈਂ ਗੁੱਸਾ ਨਹੀਂ ਆਪੇ ਕੀ ਨਹੀਂ ਲੱਗਣਾ ਮੈਂ ਕੀ ਉਹਨਾਂ ਪਰ ਆਸਾਸ਼ ਨਾ ਜੀ 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 ਮੈਂ ਉਹਨਾਂ ਪਰ ਆਸਾਸ਼ ਨਾ ਅਗਰ ਹੁਣ 2 ਮਿੰਟ ਦਾ ਮਿਸਾਲ ਮੈਂ ਤੁਸਾਂ ਹੀ ਦੇਣਾ ਆ ਕਿ ਤੂੰ ਸਾਮੀ ਕਿ ਆਣੇ ਹੋ ਕਿ ਆਓ ਯਾਰਾ ਬੱਕਰੀਆਂ ਨੇ ਮਿੰਗਣਾ ਬੇਗਣਾ ਬੇਚਣਾ ਇੱਥੇ ਜਾਂ ਮੇਲਣਾ ਪਿਆ ਹੈ ਜਾਂ ਮੁਰਗੀਆਂ ਨੇ ਗਨਾਸ ਬਿਠਾ ਮੇਲਾ ਪਿਆ ਹੈ ਤੇ ਮੈਨੂੰ ਤੁਸਾਂ ਪਰ ਇਹ ਅਹਿਸਾਸ ਆਇਆ ਸੀ ਯਾਰਾ ਤੂੰ ਮਿਗੀ ਆਣਾ ਪਿਆ ਤੇ ਤੂੰ ਨਹੀਂ ਕਰਨਾ ਪਿਆ ਚਲ ਪਿਓ ਦਾਦਾ ਤੁਹਾਡੇ ਤੱਕਨੇ ਦੇਣਾ ਜੀ 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 करने रही कोई फिर असेंकसा शर्मेशन पे बिल्कुल बिल्कुल समझ मेहनत करने दस इत इंग्लैंड च अजक तकरीबन मजारटी स फजला सारे जॉबा भी अच्छी हो हर रिहायश है, है, है। अल्लाह ना फजला जल्दी बनते इतने नमें नमें आये से ठीक है उल्लेह नहीं कह क्या नहीं किया दसो बिल्कुल इतना कुछ ऐसे बंद नाल खुद पढ़ने कम करने रे कि उतें इंग्लैंड पाकिस्तान वकालत करने रे तो इतना माड़े इसी करने तू भी इसत्री की नहीं कितना था बिल्कर, आप महसूस करने हो आप कोई भी मेहनत करो मेहनत नहीं खाओ अक लाल नहीं खाओ तो बरकत ही पैसी बाकी दुनिया जो कि बानी गलत काम ना करो ਗਲਤ ਨਾ ਕੰਮ ਕਰੋ ਆਪਣੇ ਹਾਕ ਲਾਲ ਨਹੀਂ ਕਮਾਓ ਹਾਕ ਲਾਲ ਨਹੀਂ ਖਾਓ ਲਾਲੇ ਮਹਲੇ ਖਾਲੇ ਜਿਹਨਾਂ ਨੂੰ ਪਹਿਲੀ ਜਿਹੜੀ ਮਜ਼ਦੂਰੀ ਚ ਵੀ ਨਾ ਕੋਈ ਮੀਨਾ ਕੋਣੀ 750 ਜਾਣੇ ਉਸੋ ਕਿ ਅੱਜ ਕੱਲ ਪੁਰਾਣੇ ਗੱਲਾਂ ਛੋੜੋ ਅੱਜ ਕੱਲ ਨੇ ਸਾੜੇ ਕਿਹ ਜਿਹੜੇ ਚੌਧਰੀਏ ਜਾਂ ਜਾਟੇ ਜਾਂ ਕੁਝ ਵੀ ਉਹ ਇਸ ਵਕਤ ਮਤਲਬ ਬਿਲਡਿੰਗ ਦਾ ਕੰਮ ਕਰਨੇ मैं ते, मैं ते यही चीज आखना कि किस बैंक खुद मैं आप हूं। अगर कोई बंद अगर जट आ रज है कोई भी है अगर अपनी मेहनत किसा करना तो माड़े इज्जत मैं, वस्ते मैं तो उसकी समझना कि वाकई इसकी इज्जत है और हर चीज है बड़ी खुशी होनी ठीक है हाँ गलत काम ना करो ये काम करो तो अच्छी गल है दू गल कि हर बंद असं लोग पता ही ਮੈਂ ਮਿਸਾਲ ਤੁਸਾਂ ਕੀ ਦਣਾ ਮੈਂ ਹੁਣ ਗਿਆ ਕਾਰਨਾ ਅੱਛਾ ਕਈ ਬੰਦੇ ਆਸਨ ਜੀ ਆਏ ਅਥਾ ਤੁਸਾਂ ਪੇਂਟ ਆਪੂ ਕਰਨੇ ਹੋ ਪੇਪਰ ਆਪੂ ਲਾਣੇ ਹੋ ਮੈਂ ਉਥਾ ਖਾਲੀਪੁਰ ਸ਼ਹਿਰ ਦੀ ਥੋੜੇ ਪੇਂਟਿੰਗ ਕੀਤਾ ਸੈਂ ਯਾਰ ਤੂੰ ਇੰਗਲੈਂਡ ਤੋਂ ਆਇਆ ਤੂੰ ਅੱਛੀ ਦਿੱਤਾ ਆਪੂ ਕੰਮ ਕਰਨਾ ਪਿਆ ਮਜ਼ਦੂਰ ਕਿਹਨੇ ਲਾਣਾ ਜੀ ਸਮਝਿਓ ਉਹ ਖੁਦਾ ਨੇ ਬੰਦੇ ਅੱਲਾਹ ਤਾਲਾ ਦੋ ਹੱਥ ਦਿੱਤੇ ਵੇ ਜੇ ਤੁਸਾਂ ਕਰੀ ਸਕਦੇ ਤਾਂ ਕਰੋ ਨਾ ਕੀ ਨਾ ਕਰਨੇ ਔਰ ਇੱਕ ਹੋਰ ਮੈਂ ਤੁਸੇ ਦਸਾਂ ਅਸਾਂ ਨਹੀਂ ਇੰਗਲੈਂਡ ਏ ਆ ਨਾ ਜੀ ਠੀਕ ਹੈ ਜਿਹੜੇ ਪੰਜਾਬੀ ਲੋਕ ਏ ਉਹਨਾਂ ਨੇ ਇੰਗਲੈਂਡ ਸਾਲਾ ਚੁੱਤਰੋ ਚੁੱਤਰੋ ਕਸਾ ਆਜ਼ਾਦ ਕਸ਼ਮੀਰ ਪੂਰਾ ਹੈ ਤਸੀਲ ਡੜਿਆਲ ਹੈ ਤਸੀਲ ਡੜਿਆਲ ਇਹ ਉਹਨਾਂ ਨੇ ਇੰਗਲੈਂਡ ਹੈ ਠੀਕ ਹੈ ਮਿੱਗੀ ਇਹ ਦੱਸੋ ਕਿ ਅਗਰ ਉਹਨਾਂ ਨੇ ਇੰਗਲੈਂਡ ਪੰਜਾਬ ਝੂਠੀ ਤੇ ਸਾਲਾ ਕਨਾਸ ਇਲਾਕੇ ਚ ਉਹਨਾਂ ਨੇ ਇੰਗਲੈਂਡ ਹੋਈ ਸਕਣੀ ਤੇ ਸਾਰੀ ਕੀ ਇੰਗਲੈਂਡ ਹੋਈ ਸਕਣੀ ਬੀਜੀ ਜੀ ਮਿੱਗੀ ਦੱਸੋ ਤੁਸੀਂ ਇਤਨਾ ਸੋਹਣਾ ਇਤਨਾ ਬੜਾ ਮਕਾਨ ਛੋੜੀ ਤੇ ਇੰਗਲੈਂਡ ਵਿੱਚ ਤਾਂ ਆਪਣੇ ਗ੍ਰਾਮ ਵਿੱਚ ਜਿਹੜਾ ਇਹ ਜੇ ਤਾਂ ਕਾਰਬਾਰ ਕਰਨ ਗਏ ਉਹ ਤਾਂ ਕੁਝ ਖਲੋਦ ਵੀ ਖਾਸ ਨਹੀਂ ਇਹ ਕੈਸੋ ਬਤ ਲੈ ਕੋਈ ਸ਼ੌਕ ਸਨੇਹ ਕੇ ਵੈਸੇ ਜਿਹੜਾ ਇੱਕ तो बिजनि <coughs> फ बड़ी रहीम जरा जी ती तुसा जब बड़ा टाइम अपना गड्डी दा बड़ा शुक्रिया तथा तो तुसा सवाल किता हो, कोई ऐसी मसला नहीं सी रिहायश भी ठीक हर चीज़ अल्लाह ताला बहुत कुछ दिता इतना मगर एक शौक सी असा की मैं एक मेरा पार्टनर है मोहम्मद बशीर आजीव वजीर नाम सबजादा है वह भी इसलिए गए पाकिस्तान हूं पाकिस्तान है मैं इत ਤਾਂ ਅਸਾਂ ਦੋ ਜਣੇ ਕੀ ਸ਼ੌਂਕ ਸੀ ਕੋਈ ਨਾ ਕੋਈ ਕਰਨਾ ਚਾਹੀਦਾ ਉੱਥੇ ਇੱਕ ਦੂਆ ਆ ਕਿ ਮੈਂ ਜੀ ਸਾਡੀ ਇਹ ਆ ਕਿ ਅਸਾਂ ਉੱਥੇ ਨੇ ਜਿਹੜੇ ਯੰਗਸਟਰ ਹੈ ਜਾਂ ਬੰਦੇ ਹੈ ਜਿਹੜਾ ਉਹਨਾਂ ਕੀ ਕੋਈ ਦੱਸਣਾ ਚਾਹਣੇ ਸਾਂ ਕਿ ਯਾਨੀ ਕਿ ਤੁਸੀਂ ਇੱਥੇ ਕੁਝ ਕਰੋ ਜੀ ਤਾਂ ਜਿਸ ਚੋਂ ਅਸਾਂ ਫਾਰਮ ਜੀ ਤਕਰੀਬਨ ਮਿਕੀ ਉਹਨਾਂ ਤਕਰੀਬਨ 5ਵੇਂ ਮਹੀਨੇ 6ਵੇਂ ਮਹੀਨੇ ਕੁਤੇ 5ਵੇਂ 5ਵੇਂ ਮੈਚ ਮੈਚ ਜਿਹੜਾ ਨਾ ਸੈਟਅਪ ਹੋਇਆ ਤੇ ਉਸ ਤੋਂ ਬਾਅਦ ਨਾ ਵੀ ਚੱਲੀ ਰਹੀ ਤੇ ਇਸਲਾ ਜਨਾਬ ਵਾਲੇ ਮੁਰਗੀਆਂ ਅਸੀਂ ਆਸਟ੍ਰੇਲਿਆ ਪਾਈਆਂ ਹੂੰ ਹੂੰ ਜਿਸ ਵਿੱਚੋਂ ਅੰਡੇ ਵੀ ਹੁੰਦੇ ਨੇ ਸ਼ੁਰੂ ਕੀਤੀਆਂ ਉਹਨੇ ਜੀ ਜੀ ਤੇ अलहमदुल्ला बड़ा अच्छा जा फर्स्ट क्लास बड़े अच्छा एक्सपीरियंस है जी हाँ असं तो जिंदगी पर ये कम किता नहीं सी, वैसे घर पता ही कुकड़िया सुकड़ियां रख रह तो रखी हर बंद डंगर जी हाँ जी, जी जी बड़ा मुश्किल है असल चाहिए कि वैसे तो पाकिस्तान जा ही ना सी ਤੱਕੀ ਸੁਣੀ ਨਾ ਸੀ ਹਰ ਚੀਜ਼ ਮਗਰ ਇਹ ਚੀਜ਼ ਐਕਸਪੀਰੀਅੰਸ ਨਹੀਂ ਸੀ ਜਿੰਨੂੰ ਤਾਂ ਮੈਂ ਜਨਾਬ ਇੱਕ ਦਿਹਾੜਾ ਦਾ ਬੱਚਾ ਬਲਕਿ ਇੱਕ ਦਿਨ ਨਾ ਕਿ 4 ਘੰਟਿਆਂ ਦਾ ਬੱਚਾ ਕੋਈ ਖਾਂ ਤੋਂ ਲਿਆਂਦਾ ਸੀ ਜੀ ਜੀ ਤਾਂ 4 ਘੰਟਿਆਂ ਨਾ ਪਾਲਿਆ ਤੇ ਇਸਲਾ ਮਾਸ਼ਾਅੱਲਾ ਉਹ ਜਨਾਬ ਲਈ ਅੰਡੇ ਵੀ ਦੇਣੀਆਂ ਪੀਆਂ ਤੇ ਇਸ ਨਾਲ ਜਨਾਬ ਨਾ ਬੜਾ ਇੱਕ ਐਕਸਪੀਰੀਅੰਸ ਹੋਇਆ ਮੀ ਕੀ ਜੀ ਜੀ ਉਸ ਨਾਲ ਬੜਾ ਇੱਕ ਮੀ ਕੀ ਆਪਣੇ ਆਪ ਕੀ ਮੈਂ ਹਾਂ ਕਿ ਮੀ ਕੀ ਕੋਈ ਸਮਝ ਲੱਗੀ ਕਿਸੇ ਚੀਜ਼ ਐ ਨਹੀਂ ਸਮਥਿੰਗ ਯੂ ਤੇ ਐ ਚੀਜ਼ ਐ ਤੂੰ ਸਾਡੇ ਭਰਾ ਆਇਓ ਠੀਕ ਹੈ ਮੈਂ ਅਗਰ ਉਥੇ ਵੇਲਾ ਬੈਠਿਆ ਹਾਂ ਮੇਗੀ 40-50 ਹਜ਼ਾਰ ਰੁਪਿਆ ਮਹੀਨੇ ਦਸੋ ਭੇਜੀ ਹੁੰਨੇ ਹੋ ਜੀ ਜੀ ਮਾੜਾ ਸਰਚਾ ਪੱਟਾ ਚੱਲਣਾ ਪਿਆ ਨਾ ਔਰ ਵੀ ਨੀਵ ਸੀਵ ਕੋ ਬੱਚਾ ਬਿਮਾਰ ਕੋਈ ਉਧਰ ਹੋਣਾ ਫਿਰ ਵੀ ਭੇਜੀ ਨੇ ਕੋ ਹੋਰ ਕੋਈ ਭਰਾ ਭੇਜੀ ਹੋਸੀ ਕੋ ਭੈਣ ਭੇਜੀ ਹੋਸੀ ਮਾੜਾ ਕੰਮ ਸਿਸਟਮ ਫਸਟ ਕਲਾਸ ਚੱਲਣਾ ਪਿਆ ਇਹ ਗੱਲ ਹੈ ਜੀ ਜਦੋਂ ਮੈਂ ਕੰਮ ਕੀਤਾ ਜਾਂ ਮੈਂ ਸੋਚਦਾ ਮੈਂ ਕੰਮ ਕਰਾਂ ਜੀ ਠੀਕ ਹੈ ਕੋਈ ਤੇ 40-50 ਹਜ਼ਾਰ ਰੁਪਿਆ ਮੇਗੀ ਆਪਣਾ ਲੱਭੀ ਜਸੀ ਚਲੋ ਜਿਲੇ ਇਹ ਸੋਚਦਾ ਤਾਂ ਫਿਰ ਮੈਂ ਸੋਚਣਾ ਇਹ ਹਾਂ ਕਿ ਮੈਂ ਇਹ ਕੰਮ ਸ਼ੁਰੂ ਕੀਤਾ ਤਾਂ ਲਾਲੇ ਰਸ਼ੀਦ ਤੋਂ ਕੋਈ ਮਾਈ ਪੈਸੇ ਭੇਜਨੇ ਲਾਲੇ ਦਾਣਾ ਤੂੰ ਕੰਮ ਕਰਨਾ ਤੁਹਾਡਾ ਆਪਣਾ ਖਰਚਾ ਪਾਣੀ ਠੀਕ ਆ ਹੁਣ ਮੈਂ ਤਨਾ ਭੇਜਦਾ ਮਾਈ ਕੁਸਾ ਭੈਣਾਂ ਪ੍ਰੋਤ ਨਹੀਂ ਭੇਜਦਾ ਨਾ ਤਾਂ ਕੀ ਆ ਨਾ ਮੈਂ ਮੁਫਤ ਭੇਜ ਦਿਖਾ ਸਮਝ ਗਿਆ ਉਹ ਮੁਫਤ ਨਹੀਂ ਲੈ ਉਹ ਜਿਹਨੇ ਹਕੀਕਤ ਗੱਲ ਆ ਉਹਨਾਂ ਦੀ 18 ਸਾਲਾਂ ਵਿੱਚ ਪੰਛੀ ਸ਼ੁਰੂ ਹੋ ਜਣੀ ਬਿਲਕੁਲ ਔਰ ਮੈਂ ਤੇ ਆ ਮੈਂ ਆਣਾ ਕਿ ਦੇਖੋ ਤੁਸੀਂ ਆਪਣੀ ਮਿਹਨਤ ਕਰੋ ਨਾ ਜੀ ਉਥੇ ਆਪਣੀ ਮਿਹਨਤ ਕਰੋ ਜੇ ਤੁਸੀਂ ਭੈਣਾਂ ਪ੍ਰਾਤ ਤੁਸੀਂ ਸਪੋਰਟ ਕਰਨਾ ਤੁਸੀਂ ਨਾਲ ਸੇਵ ਕਰੀ ਜਾਓ ਨਾ ਉਹ ਵੀ ਤੁਸੀਂ ਨਹੀਂ ਹੈ ਨਾ ਹੁਸਨਤ ਨਹੀਂ ਨਾ ਬਿਲਕੁਲ ਤੇ ਇਸ ਵਜ੍ਹਾ ਤੂੰ ਜਣਾਣਾ ਆਪਣੀ ਮਿਹਨਤ ਜਿੱਲਾ ਤੂੰ ਇੱਕ ਬੰਦਾ ਵੇਲਾ ਮਲੂ ਬੈਠਾ ਵਾ ਉਸਨੇ ਕੋਈ ਇੱਜ਼ਤ ਨਹੀਂ ਓਏ ਮੁਰਗੀ ਜਿਹੜੀ ਐ 365 ਦਿਹਾੜਾ ਹੋਣਾ ਸਾਲਿਚ ਜੀ 364 ਢੰਡਾ ਇਸ ਮੁਰਗੀ ਦਿੱਤਾ ਸੀ ਜੀ ਮਗਰ ਇਸ ਵਕਤ ਅਸੀਂ ਨਾ 364 ਢੰਡਾ ਨਹੀਂ ਸਕਨੇ ਕਿਉਂਕਿ ਉਹਨਾਂ ਦੀ ਜ਼ਾਹਰ ਹੈ ਵਾਇਰਮੈਂਟ ਆ ਚੀਜ਼ ਆ ਚੀਜ਼ਾਂ ਨੂੰ ਸਤੇਕ ਪਾਲ ਕੀਤੀ ਤਾਂ ਇਹ ਲਿਖਤਾ ਇਸ ਲਈ तकरीबन 300 ਅੰਦਾਜਣਾ ਨਾ ਇਸ ਮੁਰਗੀ ਚ ਉਹ ਆਲਮੋਸਟ ਦੇਸੀ ਦੇਸੀ ਮੁਰਗੀ ਬਿਲਕੁਲ ਦੇਸੀ ਜੀ ਬਿਲਕੁਲ ਦੇਸੀ ਆ ਰੰਗ ਇਸ ਨਾ ਕਾਲਾ ਆਣਾ ਜੀ ਆ ਪਰਫੰਗਾ ਨੇ ਸ਼ਾਇਦ ਜੀ ਹੋਣੀ ਬਲੂ ਗ੍ਰੀਨ ਜੀ ਤਾਂ ਵੈਸੇ ਜਗਾ ਨਾ ਬਿਲਕੁਲ ਦੇਸੀ ਆ ਇਸ ਦਾ ਟੇਸਟ ਵੀ ਦੇਸੀ ਆ समझियो अंडा भी देसी है जहर खुराक तो उन्हें खानी खुराक खा। भी थी इन ठीक ठाक महगी है यह सस्ती नहीं खराक किलो ना त्रोड़ा है ज़रा पैंतीस सौ चौती सौ तैी सौ ना त्रोड़ा पजा किलो ना तो उसके इस वक्त सी तकरीबन पंद्रह हजार महीने खुराक खाई जी हाँ खुराक खाई ते दूसरा ये आ, बाकी वैक्सीन करनी पैनी है वैक्सीन तो लाजमी है वो तो उस तो बगैर ना सब तो बड़ी चीज़ है ना कि आम बंद घर रखी होना ईवन बकरे हो बकर हो कुक्ड़े इन वैक्सीन कौन करनी समझ वैक्सीन बीमारी अच्छी तो सारी की नहीं जानी वैक्सीन ना जरा बड़ा फर्क पड़ता भी ਇਸ ਕੁਸਾ ਕੰਮ ਜੇ ਤਾ ਅਸੀਂ ਸਾਰੀ ਸੁਣੀ ਨਾ ਤਾਂ ਸ਼ੁਰੂ ਕਰਨਾ ਕਾਮਯਾਬ ਹੋ ਜਾਣਾ ਤਾਂ ਸਾਰੇ ਵਸਤਾ ਉਹ ਹੀ ਬੜੀ ਚੀਜ਼ ਹੈ ਸਮਝ ਗਏ ਹੋ ਤਾਂ ਆਹਨ ਮਤਲਬ ਆ ਕਿ ਹੁਣ ਆਸਤਾ ਆਸਤਾ ਤਕੋ ਪਹਿਲੇ ਸਾਡੇ ਗਰਾਜ ਜਿਹੜਾ ਨਾ ਇੱਕ ਬੰਦਾ ਸੀ ਇਹ মুরগیاں ਨ ਕਰਨੇ ਨਾ ਹੁਣ ਨਾਲ ਮੈਂ ਆਈ ਗਿਆ ਉਮੇਸ਼ਾ ਕਾ ਮਿਸਤਰੀ ਮੜਾ ਕੋਈ ਸ਼ੁਰੂ ਕਰੀ ਰਿਹਾ আচ্ছা ਪੋਠਾ ਬੰਦਾ ਇੱਕ ਸ਼ੁਰੂ ਸ਼ੁਰੂ ਕੀਤਾ ਵਸ ਆਸਤਾ ਆਸਤਾ ਹੋਰ ਜਿਵੇਂ ਆਹਨੋ ਕਮ ਬਦਲਾਈ ਆ ਨਾ ਕਰਨੀ ਅਸਾਂ ਕੋਈ ਸਿਆਸਤ ਜਿਹੜਾ Imran Khan ਜਿਹੜੀ ਗੱਲ ਕੀਤੀ ਸੀ ਨਾ ਲੋਕਾਂ ਕਸਨੇ ਸੇ ਬਿਲਕੁਲ ਸਨੇ ਸੇ ਹਸਨੇ ਸੇ ਨਾ ਅੱਜ ਜੋ ਸਾਬਤ ਹੋਣਾ ਪਿਆ ਨਹੀਂ ਜੀ 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 ਕਿਤਨੇ ਬੰਦੇ ਹੋਰ ਯਕੀਨ ਕਰੋ ਕਿ ਤੁਸੀਂ ਸ਼ਹਿਰਾਂ 'ਚ ਜਾਓ ਲੋਕਾਂ ਜਣਾਣਾ 100 100 2 2 150 ਮੁਰਗੀਆਂ ਜਨਾਬ ਆਪਣੇ ਛੱਤੇ 'ਪ ਰੱਖੀਆਂ ਸ਼ਹਿਰਾਂ 'ਚ ਜਗ੍ਹਾ ਹੀ ਕੋ ਨਹੀਂ ਔਰ ਜਿਹੜੀਆਂ ਸਪੈਸ਼ਲੀ ਬੇਵਾਹ ਔਰਤਾਂ ਹੂੰ ਸਮਝਿਓ ਇਸ ਤਰੀਕੇ ਨਾਲ ਜਿਹੜੀਆਂ ਯਾਨੀ ਕਿ ਸਿੰਗਲ ਹਨ ਜਾਂ ਕੋਈ ਜਣ ਉਹਨਾਂ ਇਹ ਕੰਮ ਸ਼ੁਰੂ ਕੀਤਾ ਵਾ ਔਰ ਆਪਣਾ ਜਿਹੜਾ ਮਹੀਨੇ ਨਾਲ ਫਸਟ ਕਲਾਸ ਖਰਚਾ ਬੂਮ ਬਣਾਈ ਗਈ ਨਹੀਂ ਆ ਖਾਲੀ ਅੰਡੇ ਵੇਚੀ ਤਾਂ ਉਹਨਾਂ ਆਪਣਾ ਖਰਚਾ ਬਣਾਈ ਗਈ ਨਹੀਂ ਆ ਬਿਲਕੁਲ ਸਮਝਿਓ ਔਰ ਕਿਤਨੀ ਅੱਛੀ ਗੱਲ ਹੈ ਜੀ ਘਰ ਹੈ ਜੀ ਘਰ ਹੈ ਵਿੱਚ ਹੀ ਜੀ ਸਮਝਿਓ ਉਹ ਇਤਨਾ ਖਰਚਾ ਵੀ ਕੋਈ ਨਹੀਂ ਕੁਝ ਆਪਣਾ ਮਕਾਨ ਆ ਉਸਨੇ ਨਾਲ ਲੱਗਾ ਜਗ੍ਹਾ ਤੇ ਇਸੇ ਮਾੜੀ ਤੇ ਉਸਨੇ ਉਸ ਤਰ੍ਹਾਂ ਜੀ ਇੱਕ ਦੀ ਜਗ੍ਹਾ ਜੋ ਆ ਕਨਾਲ ਤਕਰੀਬਨ ਕਨਾਲ ਲੱਗ ਬਣੀ ਜਾਣੀ ਹੈ ਜਗ੍ਹਾ ਤਾਂ ਹੋਰ ਵੀ ਅੱਗੇ ਪਿੱਛੇ ਨੀਚੇ ਆਇਆ ਮਗਰ ਇੱਥੇ ਫਿਲਹਾਲ ਇਤਨੇ ਬਣਾਇਆ ਕਿਉਂਕਿ ਇਸ ਕੀ ਅਗਾ ਠੀਕ ਵਾਣਾ ਫਿਰ ਮਗਰ ਬਧਾਣਾ ਵੈ ਫਿਰ ਅਗਾ ਹੋਰ ਹੀ ਬਧਾਈ ਸਕਨੇ ਆ ਨਾ ਜੀ ਜੀ ਪਹਿਲੇ ਜੀ ਸਭ ਸਨ ਬਬੋ ਸ਼ੁਕਰੀਆ ਅਦਾ ਕਰਨੇ ਆ ਤੁਸਾਂ ਸਾਂਹੇ ਟਾਈਮ ਦਿੱਤਾ ਆਪਣੀ ਐਕਸਪੀਰੀਅੰਸ ਦੀ ਗੱਲਾਂ ਬਾਤਾਂ ਕੀਤੀਆਂ ਨੇ ਤਾਂ ਇੰਦਾ ਇਨਸ਼ਾ ਅੱਲਾ ਸਭ ਸਾਂਹੇ ਗੁੱਡ ਵਿਸ਼ ਕਰਨੇ ਆ ਜਿਸੇ ਕਮਯਾਬੀ ਹੋਇਆ ਤੇ ਮਜ਼ੀਦ ਇਜ਼ਾਨਬ ਜਗਾ 10000 ਮੁਰੀਆਂ ਕਿਨੋ ਤੇ ਸਾਡੀ ਇਹ ਵੀ ਦੁਆ ਹੈ ਜੀ ਤੇ ਇਨਸ਼ਾ ਅੱਲਾ ਜੇ ਨੈਕਸਟ ਮਸਾ ਆਏ ਛਤਰੋ ਵਿੱਚ ਤੇ ਫਿਰ ਡਾਣਾ ਸਾਥ ਸਾਂਹੇ ਉੱਥੇ ਜਾਈਦਾ ਨਾ ਥੋੜੀ ਵੀਡੀਓ ਬਣਾਣੀ बड़ी मेहरबानी जी तीन बड़ा टाइम तो सर स्पेंड किता बड़ा शुक्रिया वेलकम बल्कि मैं हर की आना कि जो भी उतने जाना तक वेलकम जनाब अली किसा किसम ना कोई आने का मतलब है जरूरत वे किसा इंफरमेस चाहिए नहीं हर लिहाज ना मदद करनी हर लिहाज ना अस मदद करने पर तैयार हाँ समझो चौबी घंटे मसला नहीं कोई कम शुरू करना चाहना तो असं जनाब जी उसकी मदद कर